ਔਰ ਫੇਸਬੁੱਕ ਤੇ ਪੇਜ ਵੀ ਆ ਡੂਬਰੋ ਵਲੌਗ ਕਰਕੇ ਉਹ ਵੀ ਫੋਲੋ ਕਰ ਲਿਓ ਅਗਰ ਮੈਂ ਕੀਤਾ ਤੇ ਤਿੰਨਾਂ ਨੇ ਹੋਰ ਕੀਤਾ ਖੁੱਲ ਦੀ ਚਾਰ ਜਣੇ ਜਿਹੜੇ ਇਹਨੂੰ ਫੋਲੋ ਕਰ ਕਿੱਦਾਂ ਵਧੀਆ ਵਧੀਆ ਕਿੱਥੇ ਚੱਲਿਆ ਅੱਜ ਬਸ ਚੱਲਦੇ ਆ ਦੇਖਦੇ ਤੂੰ ਮੈਨੂੰ ਪ੍ਰੋਮਿਸ ਕੀਤਾ ਸੀ ਕੱਪੜੇ ਲੈ ਕੇ ਦੇਣ ਦਾ ਤਾਂ ਮੈਂ ਤੈਨੂੰ ਉਹ ਸ਼ੋਰੂਮ 'ਚ ਲੈ ਕੇ ਜਾਊਂਗਾ ਸੁਣ ਲਿਆ ਇੱਦਾਂ ਹੁੰਦੀ ਹੈ ਮੈਨੂੰ ਹਰ ਵੀਕਐਂਡ 'ਤੇ ਗੁੱਡ ਮੋਰਨਿੰਗ ਗਾਇਸ ਵੈਲਕਮ ਬੈਕ ਟੂ ਡੂਬਰੋ ਚੈਨਲ ਅੱਜ ਫਰਾਈਡੇ ਆਪਾਂ ਵਲੌਗ ਸਟਾਰਟ ਕੀਤਾ ਅੱਜ ਦੀ ਐਕਟੀਵਿਟੀ ਸਾਡੇ ਨਾਲ ਕਮ ਲੈਟਸ ਗੋ ਕੁਛ ਨਹੀਂ ਸਿੰਪਲ ਹੈ ਐਜ਼ ਇਟ ਇਜ਼ ਚੱਲੇ ਆ ਕੀ ਸ਼ਾਪਿੰਗ ਕਰਨ ਤੇ ਕਿਹਦੇ ਲਈ ਤੂੰ ਕਿਹਾ ਸੀ ਤਿੰਨ ਚਾਰ ਟੀ ਸ਼ਰਟ ਲੈ ਕੇ ਦੂੰਗਾ ਮੇਰੇ ਲਈ ਸ਼ਾਪਿੰਗ ਹੋ ਰਹੀ ਹੈ ਤਿੰਨ ਚਾਰ ਸ਼ਾਰਟਸ ਲੈ ਕੇ ਦੂੰਗਾ ਟੀ ਸ਼ਰਟਸ ਕੁਛ ਦੇਖਦੇ ਨਾਲ ਹੀ ਆ ਤੁਸੀਂ ਆ ਚੱਲਦੇ ਆਪਾਂ ਕਰਦੇ ਕੋਈ ਹੱਲ ਲੇਕਿਨ ਮੈਂ ਇਹਨੂੰ ਕਹਿ ਰਿਹਾ ਸੀ ਪਤਾ ਇਹ ਜਿਹੜੀ ਮਸਟੈਂਗ ਕਾਰ ਇਹ ਕਾਰ ਨੂੰ ਪੁਸ਼ ਕਰਕੇ ਜਿੱਥੇ ਮੈਂ ਮਾਰਕ ਕਰੂੰਗਾ ਇਹ ਲੈ ਜਾਏਗਾ ਬਹੁਤ ਛੋਟੀ ਗੱਲ ਆ ਮੇਰੇ ਲਈ ਇਹ ਕਹਿੰਦਾ ਬਹੁਤ ਛੋਟੀ ਗੱਲ ਲੇਕਿਨ ਟਾਈਮਰ ਲੱਗਿਆ ਹੋਊਗਾ ਕਿੰਨੇ ਟਾਈਮ ਦੇ ਵਿੱਚ ਅੱਛਾ ਇਦਾਂ ਹੈ ਟਾਈਮਰ ਲੱਗਿਆ ਹੋਊਗਾ ਲੋਕੇਸ਼ਨ ਆਪਾਂ ਹੈਗੀ ਆ ਬੜੀ ਡੀਸੈਂਟ ਜੀ ਠੀਕ ਆ ਗੱਡੀ ਇੱਥੇ ਪਾਰਕ ਕਰਤੀ ਆ ਇਹਨੂੰ ਆਪਾਂ ਚੈਲੰਜ ਕਰਦੇ ਹਾਂ ਅਗਰ ਇਹ ਚੱਲ ਤੂੰ ਆਪ ਕਿੰਨੇ ਸੈਕਿੰਡ ਦੱਸ ਦੇ ਮੈਂ ਮਾਰਕ ਕਰ ਦਿੰਦਾ ਕਿੰਨੇ ਮੀਟਰ ਹੈ ਕੋਈ ਵੱਡੇ ਦੇ ਮੈਨੂੰ ਟਰਾਲਾ ਟ੍ਰੇਨ ਕੁਛ ਜਹਾਜ਼ ਵੱਡੀਆਂ ਵੱਡੀਆਂ ਗੱਲਾਂ ਮੈਂ ਬਹੁਤ ਮਸਟੈਂਗ ਯਾਰ ਗੱਡੀ ਆਪਾਂ ਕਰਦੇ ਹਾਂ ਇਹਨੂੰ ਸੌਖੀ ਆ ਆ ਖਿਚਵਾ ਕੇ ਦੇਖ ਲੈਂਦੇ ਹਾਂ ਪਿੱਛੋਂ ਧੱਕਾ ਲਾਊਗਾ ਠੀਕ ਹੈ ਫ੍ਰੀ ਕਰਕੇ ਗੱਡੀ ਫਿਰ ਦੇਖ ਚੱਲੇ ਹਾਂ ਕੱਪੜੇ ਲੈਣੇ ਆ ਮਤਲਬ ਇੱਕ ਦੋ ਟੀ ਸ਼ਰਟਾਂ ਬਸ ਮਾਈਨਰ ਜਿਹੀ ਸ਼ੋਪਿੰਗ ਕਾਹਦੀ ਹੁੰਦੀ ਆ ਮੁੰਡਿਆਂ ਦੀ ਕਾਹਦੀ ਸ਼ੋਪਿੰਗ ਹੁੰਦੀ ਆ ਇੱਕ ਟੀ ਸ਼ਰਟ ਲੈ ਲਈ ਇੱਕ ਟਰਾਊਜ਼ਰ ਵਗੈਰਾ ਲੈ ਲਿਆ ਉਹੀ ਸ਼ੋਪਿੰਗ ਹੁੰਦੀ ਹੈ ਇਹੀ ਹੁੰਦਾ ਮੇਰੇ ਲਈ ਕੋਈ ਟੀ ਸ਼ਰਟ ਲੈ ਲਈ ਹਾਂ ਸ਼ਾਰਟ ਲਿਆ ਮੇਰੇ ਲਈ ਹਾਂ ਇਹਦੇ ਲਈ ਮੈਂ ਲਵਾਂਗਾ ਲੇਕਿਨ ਇਹਨੂੰ ਬਟ ਇੱਕ ਚੈਲੰਜ ਆ ਹੁਣ ਵੈਸੇ ਡਾਇਰੈਕਟ ਜਾ ਰਹੇ ਮਤਲਬ ਜਿੱਥੇ ਸ਼ੋਪਿੰਗ ਕਰਨੀ ਆ ਕੱਪੜੇ ਲੈ ਲੈਣੇ ਆ ਸਾਈਜ਼ ਸਾਡਾ ਆਲਮੋਸਟ ਸੇਮ ਹੀ ਆ ਸਾਰੇ ਅਗਰ ਕੋਈ ਟੀ ਸ਼ਰਟ ਇੱਕ ਲੈਂਦੇ ਹਾਂ ਦੋਨਾਂ ਦੇ ਆ ਜਾਂਦੇ ਆ ਅਸੀਂ ਮਤਲਬ ਅਦਲ ਬਦਲ ਕੇ ਪਾ ਲੈਂਦੇ ਹਾਂ ਕਦੇ ਇਹ ਪਾ ਲੈਂਦਾ ਕਦੇ ਉਹ ਪਾ ਲੈਂਦਾ ਹਨ ਸਾਈਜ਼ ਦੀ ਕੋਈ ਸਾਡੇ ਚੱਕਰ ਨਹੀਂ ਪੈਂਦਾ ਈਵਨ ਇਹ ਮੋਟਾ ਵਾ ਤਾਂ ਵੀ ਮੈਂ ਮੋਟਾ ਨਹੀਂ ਹੈਗਾ ਹਨਾ ਨਹੀਂ ਨਹੀਂ ਸ਼ੋਪਿੰਗ ਮੈਂ ਕਰ ਲੈਂਦਾ ਕੋਈ ਨੋ ਇਸ਼ੂ ਇਹਦੇ ਲਈ ਕਰ ਲੈਂਦੇ ਹਾਂ ਕੋਈ ਗੱਲ ਨਹੀਂ ਲੇਕਿਨ ਇਹ ਕੰਡੀਸ਼ਨ 'ਤੇ ਇਹਨੂੰ ਉਹ ਕੱਪੜੇ ਮਿਲਣਗੇ ਠੀਕ ਹੈ ਇੱਕ ਛੋਟੀ ਜਿਹੀ ਗੱਡੀ ਜ਼ਿਆਦਾ ਕੋਈ ਵੱਡੀ ਗੱਡੀ ਹੈ ਨਹੀਂ ਗੀ ਜ਼ਿਆਦਾ ਕੋਈ ਭਾਵ ਨਹੀਂ ਹੈ ਕੋਈ ਟਰੱਕ ਨਹੀਂ ਕੋਈ ਟਰਾਲਾ ਨਹੀਂ ਹੈ ਅਗਰ ਇਹਨੇ ਕੱਪੜੇ ਉਹ ਲੈਣੇ ਅਦਰਵਾਈਜ਼ ਮੈਂ ਪਾਊਂਗਾ ਇਹ ਟੱਚ ਨਹੀਂ ਕਰੂੰਗਾ ਠੀਕ ਆ ਅਗਰ ਇਹਨੂੰ ਚੈਲੰਜ ਪੂਰਾ ਕਰਤਾ ਹੈ ਨਾ ਸੈਕਿੰਡ ਜੋ ਸੈਕਿੰਡ ਮੈਂ ਮਤਲਬ ਡਿਸਾਈਡ ਕਰੂੰਗਾ ਇੰਨੇ ਸੈਕਿੰਡ ਦੇ ਵਿੱਚ ਕੰਪਲੀਟ ਕਰਨਾ ਅਗਰ ਇਹਨੂੰ ਪੂਰਾ ਕਰਦਾ ਤਾਂ ਉਹ ਕੱਪੜੇ ਇਹਦੇ ਮੈਂ ਫਿਰ ਕਦੇ ਕਦੇ ਪਾਊਂਗਾ ਨਹੀਂ ਫਿਰ ਤੂੰ ਪਾਏਗਾ ਨਹੀਂ ਠੀਕ ਆ ਨਹੀਂ ਪਾਉਂਦਾ ਚੈਲੰਜ ਮਨਜ਼ੂਰ ਆ ਪੂਰਾ ਕਰਨਾ ਉਹ ਸੈਕਿੰਡ ਦੇ ਵਿੱਚ 10 ਸੈਕਿੰਡ ਦੇ ਵਿੱਚ 10 ਮੀਟਰ ਗੱਡੀ ਖਿੱਚਣੀ ਹੈ ਠੀਕ ਆ ਉਹੀ ਕਰਦਾ ਹਾਂ ਓਕੇ ਇਹ ਚੈਲੰਜ ਹੋ ਗਿਆ ਨਾ ਠੀਕ ਆ ਦੇਖਦਾ ਇੱਕ ਚੈਲੰਜ ਹੋਰ ਰੱਖ ਲੈ ਫਿਰ ਸ਼ੋਅ ਵੀ ਲਾ ਦਿਨਾ ਇਹ ਬਾਈ ਜੀ ਮੈਨੂੰ ਵੀ ਪਤਾ ਗੱਡੀ ਛੋਟੀ ਆ ਇਹ ਕੋਈ ਗੱਲ ਨਹੀਂ ਲੇਕਿਨ ਇੱਕ ਯਾਰ ਫ੍ਰੀ ਚ ਥੋੜੋ ਕੱਪੜੇ ਦੇਣੇ ਹੁਣ ਇਹਨੂੰ ਲੈ ਕੇ ਉੱਥਾ ਲਿਆ ਫੜ ਬਾਈ ਇਹ ਕਹਾਂ ਦੱਸ ਕੋਈ ਜੰਗ ਜਿੱਤ ਕੇ ਹੋਇਆ ਵਾ ਹਨਾ ਕੰਮ ਕੁਛ ਐਕਟੀਵਿਟੀ ਦਾ ਕਰ ਮਤਲਬ ਤਾਂ ਵੀ ਹਾਂ ਤੂੰ ਡਿਜ਼ਰਵ ਕਰੇ ਯਾਰ ਮੈਂ ਬਾਈ ਦੇਖ ਗੱਡੀ ਖਿੱਚੀ ਯਾਰ ਮੈਂ ਦੇਖ ਟੋਚਰ ਪਾ ਕੇ ਆਇਆ ਸੰਡੇ ਵਾਂਗੂ ਲੈ ਗਿਆ ਖਿੱਚ ਕੇ ਮੈਂ ਗੱਡੀ ਤੇ ਲਿਆ ਫਿਰ ਆਪਾਂ ਕੁਛ ਖਾਣੇ ਪੀਣੇ ਜਾਂ ਕੱਪੜੇ ਚੱਪੜੇ ਲੈਣੇ ਆ ਇਹਨੂੰ ਕੱਪੜੇ ਹੋ ਗਏ ਚੱਲ ਫਿਰ ਲੰਚ ਵੀ ਕਰਾਈ ਮੈਂ ਤੈਨੂੰ ਬਣਾ ਕੇ ਪੁਸ਼ਅਪ ਲਾਉਂਗਾ ਤੇਰਾ ਵੇਟ ਕਿੰਨਾ ਨਾਲੇ 90 ਕਿਲੋ ਆ ਕਿੰਨੇ ਪੁਸ਼ਅਪਸ ਇਦਾਂ ਨਹੀਂ ਇੱਕ ਦੋ ਬਹੁਤ ਹੁੰਦੇ 90 ਕਿਲੋ ਦੇ ਮਤਲਬ ਚੱਲ ਤੂੰ ਐਂ ਕਰੀ ਮੈਨੂੰ ਹੋਲਡ ਕਰਕੇ ਰੱਖ ਲਈ ਨਹੀਂ ਪੁਸ਼ਅਪ ਵੀ ਲਾ ਦੂੰ ਪੁਸ਼ਅਪ ਵੀ ਲਾ ਦੇਗਾ ਹਾਂ ਬਟ ਕਿੰਨਾ ਇੱਕ ਪੁਸ਼ਅਪਸ ਜਾਂ ਦੋ ਪੁਸ਼ਅਪ ਦੋ ਲਾ ਦੂੰਗਾ ਵਾਧੂ ਵੀ ਵਾਧ ਲਾ ਦੂੰ ਦੋ ਪੱਕੇ ਲਾ ਦੂੰ ਫਿਰ ਲੰਚ ਕਰਾਏਗਾ ਠੀਕ ਆ ਮਨਜ਼ੂਰ ਆ ਇਹ ਵੀ ਮਨਜ਼ੂਰ ਆ ਇਹ ਵੀ ਮਨਜ਼ੂਰ ਆ ਦੋ ਚੈਲੰਜ ਹੋ ਗਏ ਦੇ ਅੱਜ ਦੋ ਚੈਲੰਜ ਕੰਪਲੀਟ ਕਰਦਾ ਇੱਕ ਗੱਡੀ ਮਤਲਬ ਖਿੱਚਣੀ ਹੈ ਠੀਕ ਹੈ ਖਿੱਚਣੀ ਨਹੀਂ ਮਤਲਬ ਪੁਸ਼ ਕਰਕੇ ਇਹਨੇ ਉਹ ਡਿਸਟੈਂਸ ਕੰਪਲੀਟ ਕਰਨਾ ਉਹ ਵਾਲਾ ਠੀਕ ਹੈ ਫਿਰ ਸੈਕਿੰਡ ਚੈਲੰਜ ਲੰਚ ਲਈ ਕਹਿੰਦਾ ਲੰਚ ਵੀ ਕਰਵਾ ਦੇਈ ਤੇ ਮੈਂ ਤੈਨੂੰ ਪੁਸ਼ਅਪ ਲਾਉਂਗਾ ਆਪਦੀ ਬੈਕ ਤੇ ਬਿਠਾ ਕੇ ਮੈਨੂੰ ਮੇਰਾ ਭਾਰ ਕਮ ਸੇ ਕਮ ਵੀ 88 ਕਿਲੋ ਆ 88 ਕੇਜੀ
ਕਿੰਨੇ ਸੈਕਿੰਡ ਹੋਲਡ ਕਰਕੇ ਰੱਖੇਗਾ ਮੈਨੂੰ? ਕਰ ਲਈ ਜੇ ਤੂੰ ਉੱਤੇ ਬੈਠਾ ਹੋਊਗਾ ਤੇਰੀ ਬੈਕ ਤੇ ਮੈਂ ਪੁਸ਼ ਅਪ ਟਾਈਮ ਹੋਲਡ ਤਾਂ ਬੈਕ ਤੂੰ ਰੋਟੀ ਖਾ ਲਈ ਫੜਾ ਮਾਰਿਓ ਦਾ ਗੱਡੀ ਜਾਂਦਾ ਵੱਡੀ ਜਾਂਦਾ ਤੇ ਕਾਤੇ ਚਲਾਈ ਜਾਂਦਾ ਮੈਂ ਕਿਹਾ ਗੱਡੀ ਖਿੱਚ ਦੇ ਟਰੱਕ ਖਚਾ ਲਾ ਜਹਾਜ਼ ਖਚਾ ਲਾ ਮੈਂ ਕਿਹਾ ਕਿੰਨੇ ਸੈਕਿੰਡ ਉੱਤੇ ਬਣਾ ਕੇ ਲਾ ਤੂੰ ਮੈਂ ਕਿਹਾ ਰੋਟੀ ਖਾ ਲਾ ਚਾਹੇ ਤਾਂ ਓਕੇ ਗਾਇਸ ਨਾਓ ਵੀ ਆਰ ਔਨ ਦਾ ਵੇ ਟੂ ਸਨ ਉੱਥੇ ਮਿਲਦੇ ਹਾਂ ਓਕੇ ਬਾਏ ਚੈਲੰਜ ਤੁਹਾਨੂੰ ਪਤਾ ਲੱਗ ਗਏ ਨੇ ਪਲੀਜ਼ ਪਲੀਜ਼ ਫੋਕਸ ਔਨ ਇਟ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਨੂੰ ਪੂਰਾ ਦੇਖਿਓ ਇਹ ਦੇ ਰਹੇ ਚੈਲੰਜ ਕੰਪਲੀਟ ਕਰਦਾ ਨਹੀਂ ਕਰਦਾ ਐਂਡ ਪਲੀਜ਼ ਡੂ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਮੈਂਟ ਇੰਸਟਾਗ੍ਰਾਮ ਤੇ ਜਾ ਕੇ ਫੋਲੋ ਕਰ ਲਿਓ ਵੀਰੇ ਅਗਰ ਨਵੇਂ ਨਵੇਂ ਚੈਨਲ ਤੇ ਨਵੇਂ ਨਵੇਂ ਬੰਦੇ ਇਹ ਕਹਿਣਾ ਸਿੱਖਿਆ ਹੌਲੀ ਹੌਲੀ ਵੀਰੇ ਪਹਿਲਾਂ ਨਹੀਂ ਪਤਾ ਸੀ ਆਪਾਂ ਨੂੰ ਇਹ ਵੀ ਕਹੀਦਾ ਹੁੰਦਾ ਤੁਹਾਨੂੰ ਸੀਰੀਅਸ ਜੀ ਗੱਲ ਦੱਸੀਏ ਠੀਕ ਆ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਡੂ ਬਰੋ ਵਲੌਗਸ ਕਰਕੇ ਉਹ ਕੀ ਕਹਿੰਦੇ ਹੁੰਦੇ ਅਕਾਊਂਟ ਹੈ ਠੀਕ ਹੈ ਔਰ ਫੇਸਬੁੱਕ ਦੇ ਪੇਜ ਵੀ ਆ ਡੂ ਬਰੋ ਵਲੌਗ ਕਰਕੇ ਉਹ ਵੀ ਫੋਲੋ ਕਰ ਲਿਓ ਅਗਰ ਮੈਂ ਕੀਤਾ ਤੇ ਤਿੰਨਾਂ ਨੇ ਹੋਰ ਕੀਤਾ ਖੁੱਲ ਦੀ ਚਾਰ ਜਣੇ ਜਿਹੜੇ ਇਹਨੂੰ ਫੋਲੋ ਕਰਦੇ ਮੇਰੇ ਘਰ 'ਚ ਤਿੰਨ ਚਾਰ ਰਹਿੰਦਾ ਮੈਨੂੰ ਉਹਨਾਂ ਨੇ ਫੋਲੋ ਕੀਤਾ ਪਲੀਜ਼ ਯਾਰ ਬੇਇੱਜ਼ਤੀ ਹੁੰਦੀ ਹੈ ਵੀਰੇ ਫੋਲੋ ਕਰ ਲਿਆ ਕਰੋ ਯਾਰ ਆਏ ਨਾ ਕਰੋ ਠੀਕ ਆ ਵੀਰੇ ਡੈਸਟੀਨੇਸ਼ਨ 'ਤੇ ਅਸੀਂ ਪਹੁੰਚ ਗਏ ਹਾਂ ਜੋ ਜਗ੍ਹਾ 'ਤੇ ਆਉਣਾ ਸੀ ਜੋ ਪਲੇਸ 'ਤੇ ਅਸੀਂ ਆਉਣਾ ਸੀ ਸ਼ੋਪਿੰਗ ਕਰਨ ਉੱਥੇ ਆ ਗਏ ਹਾਂ ਅਸੀਂ ਅਤੇ ਪ੍ਰਾਈਵੇਟ ਪ੍ਰੋਪਰਟੀ ਅਗਲਿਆਂ ਦੀ ਪੁੱਛ ਲੈਂਦੇ ਹਾਂ ਅਗਰ ਅੰਦਰ ਵੀਡੀਓ ਉਹਨਾਂ ਨੇ ਸਾਨੂੰ ਸ਼ੂਟ ਕਰਨ ਦੇ ਤੀ ਜਾਂ ਵੀਡੀਓ ਰਿਕਾਰਡ ਕਰਨ ਦੇ ਤੀ ਤਾਂ ਠੀਕ ਆ ਤੁਹਾਨੂੰ ਨਾਲੋਂ ਨਾਲ ਸ਼ੋਪਿੰਗ ਦਿਖਾ ਦਾਂਗੇ ਅਗਰ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਵੀਡੀਓ ਰਿਕਾਰਡ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਸ਼ੋਪਿੰਗ ਦੇ ਬਾਅਦ ਹੀ ਡਾਇਰੈਕਟ ਮਿਲਦੇ ਹਾਂ ਓਕੇ ਜੀ ਬਬਾਸ ਬਬਾਸ ਟੂ ਆਸਕ ਦੈਮ ਵੈਦਰ ਦੇ ਆਰ ਅਲਾਊਡ ਔਰ ਨੋਟ ਮੈਂ ਗਿਆ ਪੁੱਛਿਆ ਉਹਨਾਂ ਨੇ ਅੱਗੇ ਕਨਫਰਮ ਕੀਤਾ ਆਪਣੇ ਮੈਨੇਜਰ ਨਾਲ ਬਟ ਦੇ ਸੈਟ ਇਟ ਇਜ਼ ਨੋਟ ਅਲਾਊਡ ਸੋ ਮੈਂ ਵੀਡੀਓ ਇੱਥੇ ਬੰਦ ਕਰਦਾ ਓਕੇ ਸ਼ੋਪਿੰਗ ਕਰਨ ਤੋਂ ਬਾਅਦ ਫਿਰ ਤੁਹਾਨੂੰ ਮੈਂ ਆਪਣੀ ਕਾਰ ਦੇ ਵਿੱਚ ਦਿਖਾ ਦਾਂਗਾ ਕੀ ਲਿਆ ਓਕੇ ਬਬਾਸ ਸ਼ੋਪਿੰਗ ਖਤਮ ਕਰਕੇ ਚੱਲੇ ਘਰੇ ਘਰ ਜਾ ਕੇ ਵਾਪਸ ਚੈਲੰਜ ਲਈ ਮਿਲਦੇ ਆ ਫਿਰ ਸ਼ਾਮ ਨੂੰ ਠੀਕ ਹੈ ਜੀ ਮਾਰਕਿੰਗ ਹੋ ਰਹੀ ਆ ਉੱਥੋਂ ਕੁਛ ਲੈ ਕੇ ਆਇਆ ਸੀ ਕੁਛ ਚੱਕ ਕੇ ਵੈਲਕਮ ਬੈਕ ਗਾਇਸ ਈਵਨਿੰਗ ਹੋ ਗਈ ਆ ਸ਼ੋਪਿੰਗ ਕਰਨ ਤੋਂ ਬਾਅਦ ਚਲੇ ਗਏ ਸੀ ਘਰ ਅਤੇ ਥੋੜ੍ਹੀ ਜਿਹੀ ਰੈਸਟ ਕਰਨੀ ਵੀ ਬਣਦੀ ਆ ਹੈ ਕਿ ਨਹੀਂ ਅਤੇ ਸੌਂ ਗਏ ਸੌਂ ਕੇ ਉਸ ਤੋਂ ਬਾਅਦ ਹੁਣ ਉੱਠਿਆ ਟਾਈਮ ਹੋ ਗਿਆ ਤਕਰੀਬਨ 6:30 ਦਾ ਔਰ ਮਾਰਕਿੰਗ ਹੋ ਗਈ ਆ 10 ਮੀਟਰ ਦੀ ਠੀਕ ਹੈ ਉਹ ਗੱਡੀ ਖੜ੍ਹੀ ਆ ਇੱਥੇ ਆ ਕੇ ਇਹ ਜਿਹੜਾ ਇਹ ਰੱਖਿਆ ਨਾ ਮਾਰਕਿੰਗ ਕਰਨ ਨੂੰ ਕੁਛ ਪੇਂਟ ਵਗੈਰਾ ਨਹੀਂ ਹੈਗਾ ਨਹੀਂ ਕਰ ਸਕਦੇ ਇਹ ਰੱਖ ਲਿਆ 10 ਮੀਟਰ ਇੱਕ ਵਾਰੀ ਰਿਪੀਟ ਕਰ ਦਿੰਦੇ ਚੈਲੰਜ ਕੀ ਆ ਮਸਟੈਂਗ ਕਾਰ ਆ ਆਹ ਖੜ੍ਹੀ ਆ 15 ਸੈਕਿੰਡ ਓਕੇ ਟਾਈਮਰ ਆਪਣੇ ਹੱਥ ਦੇ ਵਿੱਚ ਹੋਊਗਾ 15 ਸੈਕਿੰਡ ਦੇ ਵਿੱਚ ਅਗਰ ਇਹ 10 ਮੀਟਰ ਕ੍ਰੋਸ ਕਰਦਾ ਵਾ ਦੈਨ ਅੱਜ ਦੇ ਜੋ ਸ਼ੋਪਿੰਗ ਕੀਤੇ ਹੋਏ ਕੱਪੜੇ ਨੇ ਉਹ ਇਹ ਯੂਜ਼ ਕਰੂਗਾ ਓਕੇ ਡਨ ਇਸ ਕੋ 1 ਰੈਡੀ 1 2 3 ਨੋ ਨੋ ਮੋਰ ਮੋਰ ਇਹ 10 ਮੀਟਰ ਓਕੇ ਸਟਾਪ ਸਟਾਪ ਦਾ ਕਾਰ ਫੱਕ ਸਟਾਪ ਸਿਟ ਡਾਊਨ ਲੈਟਸ ਹੈਵ ਸਮ ਇੰਟਰਵਿਊ ਦਿਸ ਕ੍ਰਾਈ ਆ ਵੀ ਕਿਦਾ ਈਜ਼ੀ ਲੱਗਦੀ ਆ ਗੇਮ ਗੱਡੀ ਛੋਟੀ ਆ ਹਾਂ ਤੇ ਪੁਸ਼ ਕਰਨੀ ਸਟਾਰਟ ਕਰਨੀ ਬਹੁਤ ਜ਼ੋਰ ਲੱਗਦਾ ਚੈਲੰਜ ਕੰਪਲੀਟ ਹੋ ਗਿਆ ਠੀਕ ਹੈ ਵੀਡੀਓ ਤੁਹਾਨੂੰ ਮਿਲ ਜਾਣੀ ਹੈ ਇਹ ਦੇਖ ਲਿਓ ਹਨਾ ਫੋਕਸ ਨਹੀਂ ਬਣ ਰਿਹਾ ਯਾਰ ਮਤਲਬ ਥੋੜ੍ਹਾ ਜਿਹਾ ਧੁੰਦਲਾ ਜਿਹਾ ਦਿੰਦਾ ਤੁਹਾਨੂੰ ਸ਼ਾਇਦ ਕਲੀਅਰ ਨਾ ਦੇਖੇ ਓਕੇ ਸਕਰੀਨਸ਼ਾਟ ਲੈ ਕੇ ਰੱਖ ਲਿਆ 13 ਸੈਕਿੰਡ ਓਕੇ ਗਾਇਸ ਮਿਲਦੇ ਹਾਂ ਨੈਕਸਟ ਸਟੇਸ਼ਨ 'ਤੇ ਨੈਕਸਟ ਚੈਲੰਜ ਦੇ ਕੋਲੇ ਥੈਂਕ ਯੂ ਸੋ ਮੱਚ ਪਲੀਜ਼ ਡੂ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਐਂਡ ਬੈਲ ਆਈਕਨ ਯਾਰ ਜ਼ਰੂਰ ਦੱਬ ਦਿਓ ਓਕੇ ਅਤੇ ਗਾਇਜ਼ ਅਸੀਂ ਆ ਗਏ ਲੋਕੇਸ਼ਨ 'ਤੇ ਅਤੇ ਜਿਹੜਾ ਸੈਕਿੰਡ ਚੈਲੰਜ ਆ ਉਹ ਕੰਪਲੀਟ ਕਰਨ ਜਾ ਰਹੇ ਹਾਂ ਬੰਦਾ ਸੈਟਅਪ ਰੈਡੀ ਆ ਠੀਕ ਹੈ ਸੈਟਅਪ ਕਰਕੇ ਫਿਰ ਤੁਹਾਨੂੰ ਡਾਇਰੈਕਟ ਉਹਦੀ ਪਿੱਠ ਤੇ ਹੀ ਮਿਲੂ ਮੈਂ ਦੇਖਦੇ ਹਾਂ ਇੱਥੇ ਇੱਥੇ ਰੱਖਾਂ
1, 2, 3, 4. Go, man, go. 6, 7. भाई जी ये जीत गया यार, मैं दो क्या थी, 7 मार गया, 7 ब्रिलियंट, गुड जॉब अगेन, आई विन ना, इज गोना विन लंच, आई विन द चैलेंज, यू विन द, कितना है भाई जी, मजा आ गया यार। अच्छा तू मेरे ऊपर बैठेगा, चल ओके ट्राई कर रहा, मेरा कोई चैलेंज नहीं, मैं ट्राई कर रहा भाई जी। जेडे दो चैलेंज किए थे मॉर्निंग टाइम से ते वो कंप्लीट हो गए ने, जित गया मैं ये बंदा जित गया, ठीक है, डिजर्व करता, ओके। और जो मेरे कपड़े नु हाथ ना लाई और कपड़े जित गया हुण शुगर लई, मतलब हुण मैं इहनू उत्ते बिठा के पुशअप्स लाउणा, ठीक है, ओके, देखदे आ फिर की कहानी बनदी है। लगणे नहीं यार भाई, ये जिहड़े पुशअप्स लाया दुनिया ते बहुत झोटे झोटे मैं बंदे पए ने जोरां वाले, ये किसी को मतलब वो नहीं, आप जब दिखाने लिए नहीं भी असं जोर लाने जो करते हैं, वो बिल्कुल नहीं है, सिर्फ दो चैलेंज दिए थे बड़े नॉर्मल, मतलब शैतानी करने लिए, ओके, वो कंप्लीट कर लें, टाइम पास, छुट्टियाँ, फ्रीडम और वीकेंड डे, और असं कर लिया इंजॉय, ठीक है, थैंक यू सो मच भाई दी टर्न भाई पुश अप लाऊगा हम, देते हैं भाई भाई ने मैनू उत्ते बिठा के इमेजिन पूरा कर ला, 1, 2, 3, 4 कहना 1, 2, 3 ऐदा ही होंदा, मेरा जस्ट फॉनली किया, मेरे तो लगने भी नहीं सके मैं जिम ना टच नहीं है इन्ना, और शुगर आया थोड़ा जहा, ओके गैस वी आर गोइंग टू नाउ बैक टू हाउस, थैंक यू सो मच वॉचिंग डू ग्रो चैनल, राइट, डू सब्सक्राइब, लाइक, शेयर एंड कमेंट इफ यू लाइक वीडियोज। अज तू मैं चैलेंज किया, कल मैं एक चैलेंज करूँगा तेन, मेरे दिमाग छोड़ने में कोई आइडिया आया, कल मैंने चैलेंज करने लिए कह रहा यार, पता नहीं की करेगा, मैं कितने बैठ दे नेक्स्ट व्लॉग दे विच, गुड नाइट, ओके गुड नाइट, शाबाश बाबा।